ਉਹ ਬਿਮਾਰੀਆਂ ਇੱਕ ਤਾਂ ਥਨਾ ਵਾਲੇ ਥਨੈਲਾ ਰੋਗ ਕਹਿ ਦਿੰਦੇ ਹਾਂ ਆਪਾਂ, ਮਸਟੈਟਿਸ ਕਹਿ ਦਿੰਦੇ ਹਾਂ ਉਹਨੂੰ, ਇੱਕ ਲਹੂ ਮੂਤਨ ਵਾਲੀ ਬਿਬੇਸੀਸਿਸ ਕਹਿ ਦਿੰਦੇ ਹਾਂ ਉਹਨੂੰ ਆਪਾਂ, ਲਹੂ ਮੂਤਨ ਵਾਲੀ ਬਿਮਾਰੀ ਉਹਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੀਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ। ਵੀਰ ਜੀ, ਅੱਗੇ ਵੀ ਮੈਂ ਕਾਫੀ ਵੀਡੀਓ ਕਰ ਚੁੱਕਿਆ ਹੈਗਾ ਅੱਡਾ ਟੋਪਿਕ ਦੇ ਉੱਤੇ, ਸਭ ਨੂੰ ਬਹੁਤ ਪਸੰਦ ਆਈਆਂ ਗਈਆਂ। ਅੱਜ ਜਿਹੜੀ ਵੀਡੀਓ ਕਰਨ ਲੱਗਿਆ ਵੀਰੇ, ਇਹ ਮੈਨੂੰ ਕਈ ਬੰਦਿਆਂ ਦਾ ਫੋਨ ਆਇਆ ਸੀ ਵੀ ਬਿਮਾਰੀ 'ਤੇ ਕਰਨੀਆਂ, ਜਿਵੇਂ ਮੈਂ ਇੱਕ ਦੋ ਬਿਮਾਰੀਆਂ, ਇੱਕ ਤਾਂ ਥਨਾ ਵਾਲੇ ਥਨੈਲਾ ਰੋਗ ਕਹਿ ਦਿੰਦੇ ਆਪਾਂ, ਮਸਟੈਟਿਸ ਕਹਿ ਦਿੰਦੇ ਹਾਂ ਉਹਨੂੰ, ਇੱਕ ਲਹੂ ਮੂਤਨ ਵਾਲੀ ਬਿਬੇਸੀਸਿਸ ਕਹਿ ਦਿੰਦੇ ਹਾਂ ਉਹਨੂੰ ਆਪਾਂ, ਲਹੂ ਮੂਤਨ ਵਾਲੀ ਬਿਮਾਰੀ ਉਹਦੇ 'ਤੇ ਵੀ ਆਪਾਂ ਥੋੜ੍ਹਾ ਡਿਸਕਸ ਕਰਾਂਗੇ। ਜਿਵੇਂ ਥਨੈਲਾ ਰੋਗ ਆ ਜਿਹੜੀ ਆਪਣੀ ਮਸਟੈਟਿਸ ਆ ਜੀ, ਇਹਦੇ ਬਾਰੇ ਮੈਂ ਊਂ ਤਾਂ ਇਹੋ ਜੇ ਆਪਾਂ ਊਂ ਪੜ੍ਹਨ ਲੱਗ ਜਾਈਏ ਤਾਂ ਕਲੀਨਿਕਲ ਸਬ ਕਲੀਨਿਕਲ ਐਂ ਬਹੁਤ ਲੰਮਾ ਪ੍ਰੋਸੈਸ ਹੋ ਜਾਂਦਾ। ਮੈਂ ਤਾਂ ਜਿਸ ਹਿਸਾਬ ਨਾਲ ਮੈਂ ਆਪਦੇ ਫਾਰਮ 'ਤੇ ਚੈੱਕ ਕਰਦਾ ਅਤੇ ਟ੍ਰੀਟਮੈਂਟ ਕਰਦਾ ਉਸ ਹਿਸਾਬ ਨਾਲ ਤੁਹਾਨੂੰ ਦੱਸ ਦਿੰਦਾ ਬਾਈ। ਜਿਵੇਂ ਮੈਂ ਪਿਛਲੇ ਵਾਰ PDF ਦਾ ਮੇਲਾ ਸਟਾਰਟ ਹੋਣਾ ਸੀਗਾ, ਉਦੋਂ ਮੇਰੀ ਗਾਂ ਸੀਗੀ ਜਿਹੜੀ 65 ਲੀਟਰ 'ਤੇ ਚੱਲ ਰਹੀ ਸੀ ਦੁੱਧ 'ਤੇ, ਉਹਨੂੰ 4-5 ਦਿਨ ਪਹਿਲਾਂ ਜਿਵੇਂ ਮੈਂ ਸ਼ਾਮ ਨੂੰ 3 ਟਾਈਮ ਚੁਆਈ ਕਰਦਾ ਸੀ, ਸ਼ਾਮ ਨੂੰ ਚੁਆਈ ਕਰਕੇ ਗਿਆ ਜਿਵੇਂ 21 ਲੀਟਰ ਦੁੱਧ ਕੱਢਿਆ ਸੀ, ਜਦੋਂ ਮੈਂ ਸਵੇਰੇ ਆ ਕੇ ਚੁਆਈ ਕਰੀ ਉਹਦੀ ਤਾਂ ਉਹ ਗਾਂ ਦੇ ਦੁੱਧ 3 ਲੀਟਰ ਹੀ ਕੱਢਿਆ, 3 ਤੋਂ 3.5 ਲੀਟਰ ਦੁੱਧ ਸੀ ਉਹਦੇ ਥੱਲੇ, ਲੇਵਾ ਪੂਰਾ ਸੁੱਜਿਆ ਪਿਆ ਸੀ, ਖਾਣਾ ਪੀਣਾ ਛੱਡ ਚੁੱਕੀ ਸੀ। ਇਹ ਚੀਜ਼ ਦੇਖ ਕੇ ਲਵੀ ਇੰਨਾ ਘੱਟ ਦੁੱਧ, ਉਹ ਗਾਂ ਪਰਾਂ ਖੜੀ ਆ, ਉਹਦਾ ਮੈਂ ਦਿਖਾ ਵੀ ਦਿੰਦਾ ਜਿਹੜੀ ਗਾਂ ਨੂੰ ਪ੍ਰੋਬਲਮ ਆਈ ਸੀ। ਇਹ ਚੀਜ਼ ਦੇਖਣ ਤੋਂ ਬਾਅਦ ਮੈਨੂੰ ਐਂ ਲੱਗਿਆ ਲਵੀ ਇਹ ਤਾਂ ਮੇਲੇ 'ਤੇ ਜਾਣੀ, ਲਵੀ ਇੰਨਾ ਦੁੱਧ ਲਵੀ ਇੰਨੇ ਦਾ ਤਿਆਰ ਨਹੀਂ ਹੋਣੀ। ਫਿਰ ਜਿਹੜਾ ਮੈਂ ਟ੍ਰੀਟਮੈਂਟ ਕਰਾਂ ਵੀਰ ਜੀ, ਮੈਂ ਕਰਦਾ ਜਿਹੜਾ ਟ੍ਰੀਟਮੈਂਟ, ਉਹ ਇੱਕ ਤਾਂ MSEFT ਇੰਜੈਕਸ਼ਨ ਲਾਏ ਸੀ ਮੈਂ, ਇਹਦੇ ਬੋਬੀਜੋਕਸ ਵੀ ਲਾ ਸਕਦੇ ਹਾਂ ਇੰਜੈਕਸ਼ਨ, MSEFT ਇੰਜੈਕਸ਼ਨ, ਮੈਗਲੂਡਾਈਨ ਅਤੇ CPM। ਪਹਿਲਾਂ ਤਾਂ CPM ਇੰਜੈਕਸ਼ਨ ਲਾਈ 10 ml, ਫਿਰ ਇਹ MSEFT 2 ਗ੍ਰਾਮ ਟੋਟਲ ਸਾਰਾ ਲਾਇਆ ਸੀ, IV ਲੱਗਦਾ ਵੀਰੇ, ਇਹ IV ਲਾਇਆ ਸੀ ਅਤੇ ਮੈਗਲੂਡਾਈਨ ਵੀ IV ਲਾਇਆ ਸੀਗਾ, ਉਹ ਲਾਇਆ ਸੀ 20 ml, ਅਤੇ ਨਾਲ ਮੈਂ ਟ੍ਰਾਈ ਸੋਡੀਅਮ ਸੀਟਰਸ ਆਉਂਦਾ ਗਾ, 500 ਗ੍ਰਾਮ 'ਚ ਪੈਕਿੰਗ ਆਉਂਦੀ ਹੈ, ਉਹ 30 ਗ੍ਰਾਮ ਡੇਲੀ ਉਹ ਸ਼ੁਰੂ ਕਰਤਾ ਸੀ। ਅਤੇ ਜਦੋਂ ਇਹ ਜੀ ਬਿਮਾਰੀ ਆ ਜਾਵੇ ਵੀ ਖਾਣਾ ਪੀਣਾ ਛੱਡ ਜੇ, ਨਾਲ ਦੀ ਨਾਲ ਮੈਂ 8 ਲੀਟਰ ਇਹਨੂੰ DNS ਵਗੈਰਾ ਲਾਈ ਸੀ, ਉਹ ਨਾਲ ਬੋਤਲ ਲਾਉਣੀ ਬਹੁਤ ਜ਼ਰੂਰੀ ਆ ਬਾਈ, ਜੇ ਆਪਾਂ ਇਹਨੂੰ ਛੇਤੀ ਕਵਰ ਕਰਨਾ ਗਾ। ਅਤੇ ਤੁਸੀਂ ਮੰਨੋਗੇ ਨਹੀਂ, ਇੰਨੀ ਜ਼ਿਆਦਾ ਭੈੜੀ ਇਹ ਮਸਟੈਟਿਸ ਆਈ ਸੀਗੀ, ਅਤੇ ਸ਼ਾਮ ਨੂੰ ਜਾ ਕੇ ਮੇਰੇ ਗਾਈਂ 'ਤੇ ਫਰਕ ਪੈ ਗਿਆ ਸੀ। ਊਂ ਤਾਂ ਇਹ ਆਪਾਂ ਨੂੰ ਡਾਕਟਰ ਦੀ ਰਾਏ ਲੈਂਦੇ ਹਾਂ ਤਾਂ ਡਾਕਟਰ ਕਹਿੰਦਾ 72 ਘੰਟੇ ਬਾਅਦ ਰਿਪੀਟ ਕਰਨਾ MSEFT, ਪਰ ਮੈਂ ਤਾਂ 24 ਘੰਟਿਆਂ ਬਾਅਦ 3 ਟੀਕੇ ਲਾਏ ਸੀ ਵੀਰੇ, 24 ਘੰਟਿਆਂ ਬਾਅਦ 3 ਟੀਕੇ ਲਾ ਤੇ MSEFT ਦੇ ਨਾਲ ਹੀ ਮੈਗਲੂਡਾਈਨ ਅਤੇ ਨਾਲ ਹੀ ਇਹ ਜਿਹੜੀ ਮੈਂ NS ਲਾਈ ਸੀ ਜਾਂ DNS ਯੂਜ ਕਰੀਆਂ ਸੀ, ਉਹ ਮੈਂ 1 ਦਿਨ ਹੀ ਯੂਜ਼ ਕਰੀਆਂ ਸੀਗੀਆਂ। ਬਸ ਇੰਨੇ ਟ੍ਰੀਟਮੈਂਟ ਨਾਲ ਮੇਰੀ ਇਹ ਗਾਂ ਪ੍ਰੋਪਰ ਪੂਰੇ ਦੁੱਧ 'ਤੇ ਆ ਗਈ ਸੀ। ਜੇ ਆਪਾਂ ਇਹਨੂੰ ਉਲਝਾ ਲੈਂਦੇ ਪਹਿਲਾਂ ਐਂਡਰੋਸਿਨ ਅਤੇ ਜਾਂ ਮੋਕਸੀਸਿਲਿਨ ਵਗੈਰਾ ਹੋਰ ਟੀਕੇ ਲਾਈ ਜਾਂਦੇ, ਲੰਮਾ ਲੈ ਜਾਂਦੇ ਟ੍ਰੀਟਮੈਂਟ, ਫਿਰ ਇਹਨੇ ਖਰਾਬ ਹੋ ਜਾਣਾ ਸੀ। ਬਸ ਜਦੋਂ ਤੁਹਾਨੂੰ ਐਂ ਲੱਗਦਾ ਗੱਲ ਵੀ 1 ਲੱਖ ਦੁਕਾਨ ਦੁੱਧ ਘੱਟ ਗਈ, ਤਾਂ ਉਦੋਂ ਚੁੱਪ ਕਰਕੇ ਟ੍ਰੀਟਮੈਂਟ ਕਰ ਦਿਓ MSEFT ਵਗੈਰਾ। ਜੇ MSEFT ਵਗੈਰਾ ਤੁਹਾਨੂੰ ਨਹੀਂ ਮਿਲਦਾ ਜਾਂ ਇਹ ਟ੍ਰੀਟਮੈਂਟ ਨਹੀਂ ਕਰ ਸਕਦੇ, ਤਾਂ ਥੋੜ੍ਹਾ ਜਿਹਾ ਮਹਿੰਗਾ ਟ੍ਰੀਟਮੈਂਟ ਆ, ਕੰਬੈਕਟਲ ਇੰਜੈਕਸ਼ਨ ਆਉਂਦਾ ਜੀ, ਉਹ ਵੀ ਤੁਸੀਂ ਉਹ ਜੇ ਇਹੋ ਜਿਹੀ ਪ੍ਰੋਬਲਮ ਆ ਜੇ ਅਕਿਊਟ ਜ਼ਿਆਦਾ ਲਵੀ, ਮਸਟੈਟਿਸ ਬਹੁਤ ਭੈੜੀ ਮਸਟੈਟਿਸ ਆ ਗਈ, 1 ਲੱਖ ਦੀ ਗਾਈਂ ਖਾਣਾ ਪੀਣਾ ਛੱਡ ਗਈ ਬੈਠ ਗਈ, ਉੱਥੇ ਤੁਸੀਂ ਇਹ ਤਾਂ ਇੱਕ ਕੰਬੈਕਟਲ ਇੰਜੈਕਸ਼ਨ ਰਿਕਮੈਂਡ ਕਰਦੇ ਆ, ਪਰ ਮੈਂ 2 ਲਾਉਣਾ ਹੁੰਦਾ ਵੀਰੇ। ਇੱਕ ਕੰਬੈਕਟ ਇੰਜੈਕਸ਼ਨ 50 ml ਦਾ, 25 ਅੱਜ ਲਾਤਾ, 25 ਅਗਲੇ ਦਿਨ ਲਾਤਾ, ਫਿਰ 25 ਇੱਕ ਹੋਰ ਲੈ ਕੇ, 25 ਅਗਲੇ ਦਿਨ, 25, 4 ਦਿਨ ਲੱਗ ਜਾਂਦੇ ਆ 2 ਇੰਜੈਕਸ਼ਨ ਕੰਬੈਕਟਨ ਦੇ। ਉਹਦੇ ਨਾਲ ਮੈਗਲੂਡਾਈਨ ਲਾ ਲਓ, ਫਿਨਾਡਾਈਨ ਲਾ ਲਓ, ਜਿਹੜਾ ਮਰਜ਼ੀ ਲਾਓ ਨਾਲ, ਅਤੇ ਬਾਕੀ CPM ਦੇ ਦਿਓ ਨਾਲ ਆਪਦਾ NS DNS ਲਾ ਦਿਓ, ਇਹ ਕਵਰ ਕਰ ਜਾਂਦੀ ਹੈ ਮਸਟੈਟਿਸ। ਇੱਕ ਆਮ ਨੋਰਮਲ ਮਸਟੈਟਿਸ ਆਉਂਦੀ ਆ, ਜਿਵੇਂ ਆਪਾਂ ਕਹਿ ਦਿੰਦੇ ਸਿੱਧੀ ਆ ਗਈ ਬਾਈ, ਰੋਜ਼ ਹੀ ਆਈ ਜਾਂਦੀ, ਹਟਦੀ ਨਹੀਂ, ਉੱਥੇ ਆਪਾਂ ਟ੍ਰਾਈ ਸੋਡੀਅਮ ਸੀਟਰਸ ਤਾਂ ਦੇਣੇ ਦੇਣਾ ਨਾਲ ਆ, ਨਾਲ ਆਪਾਂ ਐਂਡਰੋਸਿਨ ਦੇ ਦਿਓ, ਬਾਇਰੋਸਿਨ ਦੇ ਦਿਓ, ਜਿਹੜੀ ਮਰਜ਼ੀ, ਇਹ 30 ml ਡੇਲੀ, ਨਾਲ ਉਹਦੇ ਆਪਣਾ ਮਲੋਕਸੀਕੈਮ 10 ml, ਮਲੋਕਸੀਕੈਮ 30 ml, ਐਂਡਰੋਸਿਨ ਅਤੇ CPM 10 ml, ਇਹ 3 ਟੀਕੇ ਲਾਓ, 3 ਦਿਨ ਟ੍ਰੀਟਮੈਂਟ ਕਰੋ ਜੀ, ਇਹ ਸ਼ਿੱਦੀ ਵਗੈਰਾ ਦੀ ਪ੍ਰੋਬਲਮ ਹੱਲ ਹੋ ਜਾਂਦੀ ਆ, ਨਾਲ ਆਪਾਂ ਇਹ ਟ੍ਰਾਈ ਸੋਡੀਅਮ ਸੀਟਰਸ ਦੇ ਹੀ ਚੱਲਿਓ ਜੀ, ਜੇ ਨੋਰਮਲੀ ਆਪਣੇ ਕੋਲ ਇਹ ਪ੍ਰੋਬਲਮ ਆਈ ਜਾਂਦੀ ਹੈ। ਅਤੇ ਨਿੰਬੂ ਵਗੈਰਾ ਵੀ ਦੇ ਸਕਦੇ ਹਾਂ ਤੁਸੀਂ, ਸੀਟਰਸ ਫਰੂਟ ਦੇ ਸਕਦੇ, ਇਹਦੇ ਨਾਲ ਆਪਣਾ ਇਹ ਥਣਾਂ ਦੀਆਂ ਪ੍ਰੋਬਲਮਾਂ ਕੁਛ ਹੱਦ ਤੱਕ ਹੱਲ ਹੁੰਦੀਆਂ ਜੀ। ਇਹ ਬਸ ਮਸਟੈਟਿਸ ਤਾਂ ਬਸ ਇਹਦੇ ਵਾਸਤੇ ਆਪਾਂ ਨੂੰ ਮਾੜਾ ਮੋਟਾ ਬਚਾਅ, ਇੱਕ ਤਾਂ ਦੇਖਭਾਲ ਰੱਖਣੀ ਜ਼ਰੂਰੀ ਹੈ, ਇੱਕ ਜਦੋਂ ਆਪਾਂ ਚੁਆਈ ਕਰਦੇ ਹਾਂ ਚੁਆਈ ਵਾਲੀ ਮਸ਼ੀਨ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਵੀਰੇ। ਉਹਨੂੰ ਆਪਾਂ ਡੇਲੀ ਗਰਮ ਪਾਣੀ ਨਾਲ ਤਾਂ ਸਾਫ਼ ਕਰਦੇ ਹੀ ਕਰਦੇ ਹਾਂ, ਜਾਂ ਰੀਜੈਂਟ ਨਾਲ ਜਿਹੜਾ ਵਿੱਚ ਪੈਂਦਾ ਸਫਾਈ ਕਰਦੇ ਹਾਂ,
ਉਹਨੂੰ ਦੂ ਤਿੰਨ ਜਾਂ ਚਾਰ ਦਿਨਾਂ ਬਾਅਦ ਉਹਨੂੰ ਖੋਲ੍ਹ ਕੇ ਡੇਲੀ ਸਫਾਈ ਕਰੋ, ਉਹਦੇ ਵਿੱਚ ਦੁੱਧ ਲੱਗਿਆ ਹੁੰਦਾ ਸਾਰਾ ਸਫਾਈ ਕਰੋ, ਉਹਦੇ ਨਾਲ ਬੈਕਟੀਰੀਆ ਨਹੀਂ ਪੈਦਾ ਹੁੰਦੇ, ਜਰਾਸੀਮ ਨਹੀਂ ਪੈਦਾ ਹੁੰਦੇ, ਉਹਦੇ ਨਾਲ ਵੀ ਬਹੁਤ ਹੱਦ ਤੱਕ ਜੇ ਆਪਣੇ ਕੋਲ ਕੋਈ ਬਿਮਾਰ ਗਾਂ ਹੈਗੀ ਆ ਜਿਹਨੂੰ ਮਸਟੈਟਿਸ ਹੋਇਆ ਉਹਦੀ ਆਪਾਂ ਧਾਰ ਚੁੱਕੇ ਹਟੇ ਹਾਂ, ਉਹ ਮਸ਼ੀਨ ਨੂੰ ਸਾਫ਼ ਕਰਕੇ ਫਿਰ ਦੂਜੀ ਗਾਂ ਦੇ ਲਾਓ, ਉਹੀ ਮਸ਼ੀਨ ਉਹਨਾਂ ਲਾਓ। ਬਾਕੀ ਜੇ ਆਪਣੇ ਕੋਲ ਫਾਰਮ ਆਪਣਾ ਗਾਈ ਕੋਈ ਦੁੱਧ ਕੱਢ ਰਹੀ ਆ ਆਪਾਂ ਟੈਸਟ ਕਰਨਾ ਮਸਟੈਟਿਸ, ਤਾਂ ਇੱਕ ਕਿੱਟ ਆਉਂਦੀ ਆ ਡੀ ਲੈਵਲ ਦੀ, ਮੇਰੇ ਕੋਲ ਤਾਂ ਹੈਗੀ ਆਪਦੇ ਫਾਰਮ 'ਤੇ CMT ਟੈਸਟ ਕਿੱਟ, CM ਟੈਸਟ ਕਿੱਟ ਆ ਉਹ ਡੀ ਲੈਵਲ ਵਾਲਿਆਂ ਦੀ, ਇਹ ਲਿਆਓ ਇਹਦੇ 'ਚ ਜਿੰਨੀ ਮਾਤਰਾ ਦੇ ਵਿੱਚ, ਉਹ ਨਾ ਇੱਕ ਪੇਪਰ ਹੁੰਦਾ ਇਹਦੇ ਨਾਲ ਵੀਰੇ, ਇਹਦੇ ਵਿੱਚ ਹੈ ਨਹੀਂ, ਉਹਦੇ 'ਤੇ ਲਿਖਿਆ ਹੁੰਦਾ ਕਿੰਨਾ ਮਾਤਰਾ 'ਚ ਦਵਾਈ ਪਾਉਣੀ ਆ, ਉਨੀ ਦਵਾਈ ਪਾ ਲਓ, ਉਨਾ ਦੁੱਧ ਕੱਢ ਲਓ ਚਾਰੇ ਥਲਾਂ ਦੇ ਵਿੱਚ, ਜਿਹੋ ਜਿਹਾ ਕਲਰ ਦੁੱਧ ਦਾ ਇਹੋ ਜਿਹਾ ਹੋ ਜਾਂਦਾ ਚੇਂਜ ਤਾਂ ਸਮਝ ਲਓ ਪ੍ਰੋਬਲਮ ਹੈਗੀ ਆ, ਜ਼ਿਆਦਾ ਥੋੜ੍ਹੀ ਘੱਟ, ਉਹ ਸਾਰਾ ਤੁਹਾਨੂੰ ਪੇਪਰ ਪੜ੍ਹ ਕੇ ਪਤਾ ਲੱਗ ਜੂਗਾ, ਜੇ ਮੈਂ ਇਕੱਲੀ ਇਕੱਲੀ ਗੱਲ ਡੀਪਲੀ ਦੱਸਣ ਲੱਗ ਗਿਆ ਤਾਂ ਬਹੁਤ ਲੰਮਾ ਹੋ ਜੂਗਾ ਵੀਰੇ। ਇਹ ਕਿੱਟ ਰੱਖੋ ਆਪਦੇ ਫਾਰਮਾਂ ਦੇ ਉੱਤੇ ਅਤੇ ਟੈਸਟ ਕਰ ਸਕਦੇ ਹੋ ਤੁਸੀਂ ਲਵੀ ਦੁੱਧ ਦਾ, ਹੁਣ ਤਾਂ ਸਮੈਟਿਕ ਸੈੱਲ ਵੀ ਕਾਊਂਟ ਹੋਣ ਲੱਗ ਗਏ, ਮਸ਼ੀਨ ਆਉਂਦੀ ਹੈ, ਜੇ ਜ਼ਿਆਦਾ ਸਮੈਟਿਕ ਸੈੱਲ ਵੱਧਦੇ ਆ ਤਾਂ ਸਮਝ ਲਓ ਆਪਣੀ ਗਾਂ ਨੂੰ ਪ੍ਰੋਬਲਮ ਹੈਗੀ ਹੈ। ਬਾਕੀ ਦੂਜੀ ਇੱਕ ਮੇਨ ਬਿਮਾਰੀ ਲਹੂ ਮੂਤਣ ਵਾਲੀ ਕਹਿ ਦਿੰਦੇ ਆ, ਇਹ ਜ਼ਿਆਦਾਤਰ ਚਿੱਚਣਾ ਤੋਂ ਹੁੰਦੀ ਹੈ ਵੀਰੇ ਬਿਮਾਰੀ, ਨਾਲ ਇਹਦੇ ਖਾਣਾ ਪੀਣਾ ਜਦੋਂ ਲਹੂ ਮੂਤਦੀ ਹੈ ਗਾਂ, ਜਦੋਂ ਖਾਣਾ ਪੀਣਾ ਛੱਡ ਜਾਂਦੀ ਹੈ ਤਾਂ ਤੁਸੀਂ ਦੇਖ ਲਓ ਉਦੋਂ 105 ਤੋਂ 106 ਟੈਂਪਰੇਚਰ ਉਹਦਾ ਹੋਊਗਾ, ਹਾਈ ਟੈਂਪਰੇਚਰ ਹੋ ਜਾਂਦਾ ਗਾਂ ਦਾ, ਉਦੋਂ ਚੈੱਕ ਕਰੋ ਜੀ। ਉਸ ਟਾਈਮ ਤੁਸੀਂ ਚੁੱਪ ਕਰਕੇ ਬੈਰੀ ਨਾਲ ਇੰਜੈਕਸ਼ਨ ਲਾਉਣਾ 25 ਤੋਂ 30 ਐੱਮ ਐੱਲ ਗਾਂ ਦੇ, ਜੇ ਜ਼ਿਆਦਾ ਹੈਵੀ ਆ ਤਾਂ ਉਹਦੇ 30 ਐੱਮ ਐੱਲ ਲਾ ਦਿਓ, ਨਹੀਂ 25 ਐੱਮ ਐੱਲ ਉਹਦੇ ਇੰਜੈਕਸ਼ਨ ਬੈਰੀ ਨਾਲ, ਇਹਦਾ ਇੱਕ ਡੋਜ਼ ਹੀ ਲਾਉਣੀ ਹੈ, ਨਾਲ ਉਹਦੇ ਇੰਜੈਕਸ਼ਨ ਟੋਨੋ ਫਾਸਪੈਨ 3 ਦਿਨ ਦੇਣਾ ਜੀ 15-15 ਐੱਮ ਐੱਲ ਕਰਕੇ, ਨਾਲ 1-2 ਲੀਟਰ ਦੀ ਲੋੜ ਪੈਂਦੀ ਹੈ ਤਾਂ ਡੀ ਐੱਨ ਐੱਸ ਲਾ ਸਕਦੇ ਹਾਂ, ਨਾਲ ਇੰਜੈਕਸ਼ਨ ਟੈਰਾਮਾਈਸਿਨ ਦੇ ਸਕਦੇ ਹਾਂ ਆਪਾਂ 15-30 ਐੱਮ ਐੱਲ ਡੇਲੀ ਦੇ ਸਕਦੇ ਹਾਂ ਉਹਨੂੰ, ਜੇ ਫੁੱਲ ਡੋਜ਼ ਆਪਾਂ ਟੈਰਾਮਾਈਸਿਨ ਦੀ ਦੇਣੀ ਆ ਤਾਂ ਹਾਂ, ਉਹਦੇ ਨਾਲ ਇੱਕ ਅੱਧੀ ਬਿਮਾਰੀ ਹੋਰ ਵੀ ਕਵਰ ਹੋ ਜਾਂਦੀ ਆ। 100 ਐੱਮ ਐੱਲ ਆਪਾਂ ਐੱਨ ਐੱਸ ਦੇ ਵਿੱਚ ਪਾ ਕੇ 100 ਐੱਮ ਐੱਲ ਆਪਾਂ ਟੈਰਾਮਾਈਸਿਨ ਨੂੰ ਡੇਲੀ ਦਿਓ ਜੀ। ਜੇ ਆਪਾਂ ਨੂੰ ਪਤਾ ਲੱਗ ਗਿਆ ਲੈ ਵੀ ਇਹ ਲਹੂ ਮੂਤ ਰਹੀ ਆ ਅਤੇ ਟੈਂਪਰੇਚਰ ਹਾਈ ਆ, ਉੱਥੇ ਤਾਂ ਚੁੱਪ ਕਰਕੇ ਬਸ ਇੱਕ ਟ੍ਰੀਟਮੈਂਟ ਕਰ ਦਿਓ, ਬੈਰੀ ਨਾਲ ਇੰਜੈਕਸ਼ਨ, ਨਾਲ ਇੰਜੈਕਸ਼ਨ ਟੋਨੋ ਫਾਸਫਿਨ ਵੀ ਦੇਣਾ ਉਹਦੇ, ਅਤੇ ਨਾਲ ਉਹਦੇ ਬੁਖਾਰ ਵਾਲਾ ਨਿੰਮੋ ਪੈਰਾ, ਨਿੰਮੋ ਸਲਾਈਡ 'ਤੇ ਪੈਰਾਸੀਟਾਮੋਲ ਜਿਹੜੇ 'ਚ ਵੀ ਹੈਗਾ ਉਹ ਦੇ ਸਕਦੇ ਹੋ ਤੁਸੀਂ, ਕਿਹੜਾ ਮਰਜ਼ੀ ਇੰਜੈਕਸ਼ਨ ਆ, ਕਈ ਇੰਜੈਕਸ਼ਨ ਆਉਂਦੇ ਆ ਨਿੰਮੋ ਸਲਾਈਡ 'ਤੇ ਪੈਰਾਸੀਟਾਮੋਲ ਦੇ, 15 ਐੱਮ ਐੱਲ ਉਹ ਦੇ ਦਿਓ, ਨਾਲ CPM ਦੇ ਦਿਓ 10 ਐੱਮ ਐੱਲ, ਬਾਕੀ ਆਹ ਬੈਰੀ ਨਾਲ ਹੋ ਗਿਆ 25-30, ਟੋਨੋ ਫਾਸਫਿਨ ਹੋ ਗਿਆ ਇਹ 3 ਦਿਨ ਦੇਣਾ 15 ਐੱਮ ਐੱਲ, ਇਹ ਟ੍ਰੀਟਮੈਂਟ ਆ ਲਹੂ ਮੂਤਣ ਦਾ ਜੀ। ਜੇ ਤੁਸੀਂ ਲਹੂ ਮੂਤਣ ਵਾਲਾ ਕੇਸ ਵੀ 2-3 ਦਿਨ ਲੰਘਾ ਦਿੰਦੇ ਹੋ ਤਾਂ ਫਿਰ ਆਪਣੀ ਗਾਂ ਡਾਊਨ ਹੋ ਜਾਂਦੀ ਆ, ਡੈੱਡ ਵੀ ਹੋ ਸਕਦੀ ਆ, ਜਦੋਂ ਇਹ ਟ੍ਰੀਟਮੈਂਟ ਪਹਿਲੇ ਦਿਨ ਹੀ ਕਰ ਲਿਆ ਤੁਸੀਂ, ਇਹ ਤੋਂ ਬਾਅਦ ਆਪਣੀ ਗਾਂ ਕਵਰ ਕਰ ਜੂ ਧੀਰੇ ਧੀਰੇ, ਸਿਰ 'ਚ ਪਾਣੀ ਪਾਓ ਲਵੀ ਉਹਦਾ ਟੈਂਪਰੇਚਰ ਡਾਊਨ ਹੋ ਜੇ ਗਾਂ ਦਾ, ਬਸ ਇਹ ਤਰੀਕੇ ਨਾਲ ਆਪਾਂ ਲਹੂ ਮੂਤਣ ਵਾਲੀ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਹਾਂ, ਇਹਨੂੰ ਬਿਬੀਸੀਅਸ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ, ਇਹ ਬਹੁਤ ਖਤਰਨਾਕ ਬਿਮਾਰੀ। ਬਸ ਮੇਨ ਤਾਂ ਆਈਵਰਮੈਕਟਿਨ ਇੰਜੈਕਸ਼ਨ 10-12 ਐੱਮ ਐੱਲ ਆਪਦੇ ਸਾਰੇ ਪਸ਼ੂਆਂ ਨੂੰ ਲਾ ਦਿਓ ਲਵੀ ਚਿੱਚਣ ਨਾ ਹੋਣ, ਪਹਿਲਾਂ ਪਰਹੇਜ਼ ਤਾਂ ਇਹਦਾ ਇਹੀ ਹੈ ਲਵੀ ਆਈਵਰਮੈਕਟਿਨ ਇੰਜੈਕਸ਼ਨ ਲਾਓ ਇਹਦੇ, ਗਾਈਆਂ ਦੇ ਸਭ ਘੱਟ ਲੱਗਦਾ ਉਹ ਆਈਵਰਮੈਕਟਿਨ, ਉਦੋਂ ਬਾਅਦ ਤੁਸੀਂ ਜੇ ਉਹ ਚਿੱਚਣ ਨਾ ਹੋਣਗੇ ਤਾਂ ਇਹ ਬਿਮਾਰੀਆਂ ਆਉਣਗੀਆਂ ਨਹੀਂ, ਹੋਰ 2-3 ਬਿਮਾਰੀਆਂ ਉਹ ਮੈਂ ਫਿਰ ਅੱਗੇ ਤੁਹਾਡੇ ਨਾਲ ਡਿਸਕਸ ਕਰੂੰਗਾ ਜਿਹੜੀਆਂ ਬਹੁਤ ਖਤਰਨਾਕ ਆਉਂਦੀਆਂ ਗਰਮੀ ਦੇ ਵਿੱਚ। ਬਸ ਇਹੀ ਬਿਮਾਰੀਆਂ, ਹੁਣ 2 ਬਿਮਾਰੀਆਂ ਜਿਨ੍ਹਾਂ ਬਾਰੇ ਮੈਂ ਅੱਜ ਦੱਸਿਆ ਜੀ, ਇਹ ਵੀਡੀਓ ਅਜੇ ਤੁਹਾਨੂੰ ਪਸੰਦ ਆਈ ਆ ਤਾਂ ਠੀਕ ਆ ਜੀ। ਆਹ ਹੁਣ ਗਾਵਾਂ ਹੈਗੀਆਂ ਆਪਣੀ ਗਾਵਾਂ ਦੇ, ਮੈਂ ਚਿੱਚਣ ਵਾਲੀ ਸਪਰੇਅ ਘੇਰੀ ਸੀਗੀ ਪਹਿਲਾਂ ਟੈਕ 3-4 ਵਾਰ, ਇਹਨੇ ਇੱਥੇ ਚਿੱਚੜ ਬਿਲਕੁਲ ਨਹੀਂ ਹੈਗੇ ਜੀ, ਜੇ ਆਪਾਂ ਸ਼ੈੱਡ ਦੇ ਵਿੱਚ ਲਗਾਤਾਰ 3-4 ਆਪਾਂ ਲਗਾਤਾਰ ਸਪਰੇਆਂ ਕਰ ਦਿੰਦੇ ਹਾਂ ਸ਼ੈੱਡ ਦੇ ਵਿੱਚ ਵੀਰ ਜੀ, ਉਹਦੇ ਨਾਲ ਆਪਣਾ ਚਿੱਚੜ ਬਿਲਕੁਲ ਖਤਮ ਹੁੰਦੇ ਆ। ਜਿਵੇਂ ਪਹਿਲੀ ਸਪਰੇਅ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਹਦੇ ਪਿੰਡੇ ਦੇ ਪਾਣੀ ਜਿੰਨਾ ਡੋਜ਼ ਦੱਸੀ ਆ ਉਹਨਾਂ ਨੇ ਉੱਤੇ, ਜ਼ਿਆਦਾਤਰ ਟੈਕਟਿਕ ਸਪਰੇਅ MSD ਦੀ ਮੈਂ ਕਰੀ ਸੀ, ਉਹਦੀ ਡੋਜ਼ ਦੱਸੀ ਸੀਗੀ ਵੀਰ ਜੀ, 2 ML ਦਵਾਈ 1 ਲੀਟਰ ਪਾਣੀ ਦੇ ਵਿੱਚ, ਉਸ ਅਕੋਰਡਿੰਗ ਮੈਂ ਢੋਲੀ ਲੈ ਲਈ ਸੀ ਸਪਰੇਅ ਵਾਲੀ, ਉਹਦੇ ਵਿੱਚ 35 ML 16 ਲੀਟਰ ਪਾਣੀ 'ਚ ਮੈਂ 35 ML ਵਾਂਗੂ ਦਵਾਈ ਪਾ ਲਈ ਸੀ, 35-40 ML, ਅਤੇ ਮੈਂ ਚੰਗੀ ਤਰ੍ਹਾਂ ਨਿਭਾਤੀਆਂ ਸੀ ਆਪਦੀਆਂ ਗਾਵਾਂ ਪਹਿਲੀ ਵਾਰੀ, ਅਤੇ ਉਹ ਹਫ਼ਤੇ ਬਾਅਦ ਮੈਂ ਸਪਰੇਅ ਕਰਦਾ ਰਿਹਾ, ਅਤੇ 3 ਸਪਰੇਆਂ ਕਰੀਆਂ ਮੇਰੇ ਹਾਂ, 3-4 ਸਪਰੇਅ, ਉਦੋਂ ਬਾਅਦ ਸਾਰੇ ਚਿੱਚੜ ਖਤਮ ਹੋ ਗਏ ਮੇਰੇ ਫਾਰਮ ਦੇ ਉੱਤੇ ਜੀ, ਮੈਂ ਨਵਾਂ ਤਾਂ ਐਨੀਮਲ ਖਰੀਦਦੇ ਨਹੀਂ, ਮੇਰੇ ਆਪਦੇ ਐਨੀਮਲ ਆ ਬਸ, ਉਦੋਂ ਬਾਅਦ ਚਿੱਚੜ ਨਹੀਂ ਮੇਰੇ, ਕਈ ਵਾਰ ਆਇਆ ਹੁੰਦਾ ਆਵਾਰਾ ਕੁੱਤੇ ਵਗੈਰਾ ਜੀ, ਇੱਧਰ ਉੱਧਰੋਂ ਆ ਜਾਂਦੇ, ਉੱਤੋਂ ਉਹਨਾਂ ਥਰੂ ਚਿੱਚੜ ਵਗੈਰਾ ਆ ਜਾਂਦੇ ਆ ਜੀ, ਅਤੇ ਇਸ ਦੀ ਗੌਰ ਰੱਖਣੀ ਚਾਹੀਦੀ ਆ। ਬਸ ਜਿਹੜੀਆਂ ਗਰਮੀ ਦੇ ਵਿੱਚ ਬਿਮਾਰੀਆਂ 3-4 ਜ਼ਿਆਦਾ ਉੱਠਦੀਆਂ ਜੀ, ਉਹ ਚਿੱਚੜਾਂ ਕਰਕੇ ਹੀ ਉੱਠਦੀਆਂ ਗੀਆਂ, ਬਸ ਜੇ ਆਪਾਂ ਚਿੱਚੜਾਂ ਨੂੰ ਹੱਲ ਕਰ ਲਿਆ ਤਾਂ ਆਪਾਂ ਕਾਫੀ ਹੱਦ ਤੱਕ ਬਿਮਾਰੀਆਂ ਤੋਂ ਬਚ ਸਕਦੇ ਹਾਂ। ਫਿਰ ਆਪਣੇ ਇੱਥੇ ਸੀਨੀਅਰ ਡਾਕਟਰ ਹੁੰਦੇ ਆ ਜੀ, ਆਪਣੇ ਹੋਸਪਿਟਲ ਵਗੈਰਾ 'ਚ ਵੱਡੇ ਡਾਕਟਰ ਆ, ਡਿਗਰੀ ਹੋਲਡ ਡਾਕਟਰ, ਉਹਨਾਂ ਨਾਲ ਡਿਸਕਸ ਕਰ ਲਓ, ਉਹਨਾਂ ਨੂੰ ਆਪਦੇ ਫਾਰਮ 'ਤੇ ਲੈ ਕੇ ਆਓ, ਜੇ ਕੋਈ ਜ਼ਿਆਦਾ ਬਿਮਾਰੀ ਆਪਣੇ ਤੋਂ ਨਹੀਂ ਹੱਲ ਹੁੰਦੀ
ਹੁਣ ਮੈਂ ਜਿੱਥੋਂ ਜਿੰਨੇ ਹੱਦ ਤੱਕ ਮੈਂ ਕਰ ਸਕਦਾ ਉਨਾ ਮੈਂ ਕਰਦਾ ਟ੍ਰੀਟਮੈਂਟ। ਮੈਨੂੰ ਉਹੀ ਮੈਂ ਤੁਹਾਨੂੰ ਗੱਲ ਦੱਸੀ ਆ ਵੀ ਇੰਨਾ ਟ੍ਰੀਟਮੈਂਟ ਕਰਨ ਨਾਲ ਵੀ ਮੇਰੇ ਐਨੀਮਲ ਠੀਕ ਹੋ ਗਏ ਸੀ। ਜੇ ਜ਼ਿਆਦਾ ਐਨੀਮਲਾਂ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਇੱਥੇ ਡਾਕਟਰਾਂ ਨਾਲ ਡਿਸਕਸ ਕਰੀਦਾ ਜਾਂ ਉਹਨਾਂ ਨੂੰ ਫਾਰਮ 'ਤੇ ਸੱਦ ਲਈਦਾ ਵੀਰੇ ਆ ਜਾਂਦੇ ਡਾਕਟਰ, ਉਹ ਜਿਵੇਂ ਜਿਵੇਂ ਦੱਸਦੇ ਫਿਰ ਉਵੇਂ ਟ੍ਰੀਟਮੈਂਟ ਸ਼ੁਰੂ ਕਰ ਦੇਈਦਾ। ਕਿਉਂ ਡਾਕਟਰ ਵੀ ਡਾਕਟਰ ਦੀ ਲਾਈਫ ਵੀ ਜੀ ਹੁੰਦੀ, ਇੰਨਾ ਟਾਈਮ ਨਹੀਂ ਹੁੰਦਾ, ਪਰ ਜਿੰਨਾ ਵੀ ਆ ਸਕਦੇ ਉਹਨੂੰ ਫਾਰਮ 'ਤੇ ਜ਼ਰੂਰ ਲੈ ਕੇ ਆਓ। ਜੇ ਕੋਈ ਜ਼ਿਆਦਾ ਸੀਰੀਅਸ ਪ੍ਰੋਬਲਮ ਆਉਂਦੀ ਹੈ ਤਾਂ ਡਾਕਟਰ ਦੀ ਰਾਏ ਨਾਲ ਹੀ ਉਹਦਾ ਟ੍ਰੀਟਮੈਂਟ ਕਰੋ। ਬਾਕੀ ਜਿਹੜੀ ਮੈਂ ਮੈਡੀਸਨ ਵਗੈਰਾ ਦੱਸੀ ਆ ਮੈਂ ਆਪਦੇ ਫਾਰਮ 'ਤੇ ਯੂਜ਼ ਕਰਦਾ ਵੀਰੇ, ਉਹਦਾ ਰਿਜ਼ਲਟ ਮੈਨੂੰ 100% ਮਿਲਿਆ। ਮਸਟੈਡਿਸ ਦੇ ਵਿੱਚ ਵੀ ਮੈਨੂੰ 100% ਰਿਜ਼ਲਟ ਮਿਲਿਆ ਗਾ। ਅਤੇ ਦੂਜੀ ਲਹੂ ਮੂਤਣ ਵਾਲੀ ਪ੍ਰੋਬਲਮ ਹੁਣ ਤਾਂ ਮੇਰੇ ਫਾਰਮ 'ਤੇ ਆਈ ਨਹੀਂ, ਕਿਉਂਕਿ ਤੇ ਚਿੱਚੜ ਹੈ ਨਹੀਂ ਗਏ। ਜਦੋਂ ਪਹਿਲਾਂ ਮੇਰੇ ਫਾਰਮ 'ਤੇ ਚਿੱਚੜ ਸੀ ਉਦੋਂ ਪ੍ਰੋਬਲਮ ਆਈ ਸੀ, ਅਤੇ 100% ਮੈਨੂੰ ਉਹਦਾ ਰਿਜ਼ਲਟ ਮਿਲਿਆ ਗਾ। ਬਸ ਵੀਰ ਜੀ ਇੰਨੀਆਂ ਗੱਲਾਂ ਮੈਂ ਕਰਦਾ ਹੋਇਆ ਹੁਣ ਮੈਂ ਆਪਦੀ ਵੀਡੀਓ ਐਂਡ ਕਰਨ ਲੱਗਿਆ ਗਾ। ਵੀਰ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਬਸ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਮੇਰੀ, ਲੈ ਵੀ ਹੋਰ ਲੋਕਾਂ ਦਾ ਵੀ ਭਲਾ ਹੋ ਸਕੇ, ਇਸ ਬਿਮਾਰੀਆਂ ਬਾਰੇ ਜਾਣਕਾਰੀ ਲੈ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।